ਸ਼ਸ਼ੀਕਾਲ ਬੱਚਿਓ ਰੀਜਨਿੰਗ ਦੇ ਅਗਲੇ ਪਾਰਟ ਦੇ ਵਿੱਚ ਤੁਹਾਡਾ ਸਵਾਗਤ ਹੈ 150 ਤੱਕ ਆਪਾਂ ਕੁਐਸਚਨ ਪਹਿਲਾਂ ਕਰ ਲਈ ਸੀ ਕੁਝ ਕੁਐਸਚਨ ਮੈਂ ਤੁਹਾਨੂੰ ਕਰਨ ਵਾਸਤੇ ਵੀ ਦਿੱਤੇ ਸੀਗੇ ਜਿਹੜੇ ਕਿ ਮੈਨੂੰ ਉਮੀਦ ਆ ਤੁਸੀਂ ਕਰ ਹੀ ਲਏ ਹੋਣਗੇ ਕਾਫੀ ਆਸਾਨ ਸੀ ਜਾਂ ਤੁਹਾਡੇ ਟੀਚਰਜ਼ ਨੇ ਤੁਹਾਨੂੰ ਦੱਸਦੇ ਹੋਣੇ ਵੀ ਉਹਨਾਂ ਦੇ ਸਹੀ ਉੱਤਰ ਕੀ ਹੋਣਗੇ ਬਾਕੀ ਜੇ ਨਹੀਂ ਵੀ ਦੱਸੇ ਆਪਾਂ ਇਸ ਵੀਡੀਓ ਦੇ ਐਂਡ ਦੇ ਵਿੱਚ ਤੁਹਾਨੂੰ ਉਹਨਾਂ ਦੇ ਸਹੀ ਅਨਸਰ ਦੱਸ ਦਵਾਂਗੇ ਹੁਣ ਆਪਾਂ ਅੱਗੇ ਸਟਾਰਟ ਕਰਦੇ ਹਾਂ ਬੇਟਾ 151 ਤੋਂ 153 ਤੱਕ ਦੇਠਾ ਦਿੱਤੇ ਗਏ ਚਿੱਤਰਾਂ ਵਿੱਚੋਂ ਕਿਹੜਾ ਚਿੱਤਰ ਪ੍ਰਸ਼ਨ ਵਿੱਚ ਦਿੱਤੇ ਗਏ ਤਿੰਨ ਸ਼ਬਦਾਂ ਦਾ ਸਹੀ ਸਬੰਧ ਦਰਸਾਉਂਦਾ ਹੈ ਦੇਖੋ ਬੇਟਾ ਇਹ ਤਿੰਨ ਚਾਰ ਤੁਹਾਨੂੰ ਦਿੱਤੇ ਹੋਇਆ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਸਮਝਾਏ ਹੋਏ ਵੀ ਇਹਨਾਂ ਦਾ ਕੀ ਮਤਲਬ ਹੁੰਦਾ ਸਾਰਿਆਂ ਦਾ ਜਿਵੇਂ ਪਹਿਲੇ ਵਾਲਾ ਇਹਦਾ ਕੀ ਮਤਲਬ ਹੁੰਦਾ ਵੀ ਇੱਕ ਕੋਈ ਪ੍ਰਜਾਤੀ ਹੈ ਉਹਦੇ ਅੰਡਰ ਕੁਝ ਹੋਰ ਜਾਤੀ ਉਹਦੇ ਮਤਲਬ ਰਿਲੇਟਡ ਨੇ ਉਹਦੇ ਅੰਡਰ ਆਉਂਦੀ ਆ ਉਹ ਇੱਕ ਦੂਜੇ ਦੇ ਅੰਡਰ ਆਉਂਦੀ ਆ ਦੂਜੀ ਤੀਜੀ ਦੇ ਅੰਡਰ ਆਉਂਦੀ ਆ ਠੀਕ ਹੈ ਜਿਵੇਂ ਆਪਾਂ ਕਹਿ ਦਈਏ ਜਿਵੇਂ ਕੋਈ ਖਿਡਾਰੀ ਖੇਡ ਰਿਹਾ ਹੈ ਪਹਿਲਾਂ ਉਹ ਸਕੂਲ ਲੈਵਲ ਖੇਡੂਗਾ ਹਨ ਫਿਰ ਜ਼ਿਲ੍ਹਾ ਲੈਵਲ ਖੇਡੂਗਾ ਫਿਰ ਸਟੇਟ ਲੈਵਲ ਫਿਰ ਮਤਲਬ ਰਾਸ਼ਟਰੀ ਲੈਵਲ ਨੈਸ਼ਨਲ ਲੈਵਲ ਤਾਂ ਉਹ ਇੱਕ ਦੂਜੇ ਦੇ ਅੰਡਰ ਆ ਰਹੇ ਨੇ ਨਾ ਜਾਂ ਆਪਾਂ ਜਿਵੇਂ ਸਿੰਪਲ ਕਰਕੇ ਪਿੰਡ ਪਹਿਲਾਂ ਪਿੰਡ ਆਉਂਦਾ ਫਿਰ ਜ਼ਿਲ੍ਹਾ ਆਉਂਦਾ ਹੇ ਸਟੇਟ ਆਉਂਦੀ ਆ ਮਤਲਬ ਰਾਜ ਆਉਂਦਾ ਫਿਰ ਆਪਣਾ ਦੇਸ਼ ਆਉਂਦਾ ਫਿਰ ਵਰਲਡ ਆਉਂਦਾ ਹਨ ਓਮੇ ਉਹ ਜਿਹੜੇ ਇਆਂ ਇਆਂ ਚੀਜ਼ਾਂ ਨੇ ਉਹਨੂੰ ਇਕਰਤੀ ਪਹਿਲੀ ਦਰਸਾਉਂਦੀ ਐ ਠੀਕ ਐ ਦੂਜੀ ਕਰਤੀ ਬਾਰੇ ਕੀ ਹੁੰਦਾ ਵੀ ਕੋਈ ਦੋ ਚੀਜ਼ਾਂ ਨਹੀਂ ਕਿਸੇ ਇੱਕ ਦੇ ਅੰਦਰ ਆਉਂਦੀਆਂ ਨੇ ਠੀਕ ਐ ਮੰਨ ਲਓ ਜਿਵੇਂ ਆਪਾਂ ਨੂੰ ਕਹਤਾ ਵੀ ਫਰਨੀਚਰ ਮੇਜ਼ ਤੇ ਕੁਰਸੀ ਤਾਂ ਫਰਨੀਚਰ ਤੋਂ ਦੋਨੇ ਬਣਦੇ ਨੇ ਨਾ ਮੇਜ਼ ਤੇ ਕੁਰਸੀ ਤਾਂ ਉਹਦੇ ਲਈ ਇਹ ਸਹੀ ਹੋਊਗੀ ਮਤਲਬ ਦੋ ਚੀਜ਼ਾਂ ਨਹੀਂ ਕੋਈ ਇਹਦੇ ਅੰਦਰ ਆਉਂਦੀਆਂ ਮੰਨ ਲਓ ਆਪਾਂ ਨੂੰ ਕਹਤਾ ਦੀ ਬੈਟਰੀ ਠੀਕ ਹੈ ਬੈਟਰੀ ਬੈਟਰੀ ਕਹਤਾ ਜਾਂ ਇਨਵਰਟਰ ਕਹਤਾ ਠੀਕ ਹੈ ਉਸ ਤੋਂ ਬਾਅਦ ਆਪਾਂ ਨੂੰ ਕੋਈ ਬਿਜਲੀ ਨਾਲ ਚੱਲਣ ਵਾਲੇ ਇਨਵਰਟਰ ਨਾਲ ਚੱਲਣ ਵਾਲੇ ਦੋ ਕੋਈ ਯੰਤਰ ਦੱਸ ਤੇ ਤਾਂ ਉਹ ਦੋਨੋਂ ਯੰਤਰ ਉਸਦੇ ਅੰਡਰ ਆ ਜਾਣਗੇ ਠੀਕ ਹੈ ਮੇਰਾ ਥਰਡ ਥਰਡ ਦਾ ਕੀ ਕਨੈਕਸ਼ਨ ਆ ਵੀ ਇੱਕ ਦਾ ਦੂਜੇ ਨਾਲ ਕਨੈਕਸ਼ਨ ਹੈ ਇੱਥੇ ਪਰ ਤੀਜੇ ਨਾਲ ਉਹਦਾ ਕੋਈ ਕਨੈਕਸ਼ਨ ਨਹੀਂ ਹੈ ਠੀਕ ਹੈ ਜਿਵੇਂ ਜਿਵੇਂ ਆਪਾਂ ਅੱਗੀ ਗੱਲ ਕਰੀਏ ਕੁਰਸੀ ਤੇ ਫਰਨੀਚਰ ਦੀ ਗੱਲ ਕਰ ਲਈਏ ਠੀਕ ਹੈ ਵੀ ਫਰਨੀਚਰ ਦੇ ਵਿੱਚ ਕੁਰਸੀ ਦਾ ਰਿਲੇਸ਼ਨ ਹੈ ਠੀਕ ਹੈ ਜਾਂ ਫਰਨੀਚਰ ਦੇ ਵਿੱਚ ਆ ਗਈ ਕੁਰਸੀ ਜਾਂ ਕੁਰਸੀ ਤੇ ਮੇਜ਼ ਕਰ ਲਈਏ ਦੋਨੋਂ ਠੀਕ ਹੈ ਕੁਰਸੀ ਤੇ ਮੇਜ਼ ਦਾ ਆਪਸ ਦੇ ਵਿੱਚ ਕਨੈਕਸ਼ਨ ਹੈ ਵੀ ਉਹ ਫਰਨੀਚਰ ਦੇ ਬਣੇ ਹੋਇਆ ਦੋਨੇ ਠੀਕ ਹੈ ਲੱਕੜ ਦੇ ਬਣੇ ਹੋਇਆ ਤੇ ਇੱਕ ਇੱਕ ਆਪਾਂ ਕੋਈ ਹੋਰ ਚੀਜ਼ ਲੈ ਲਈਏ ਕੁਝ ਵੀ ਲੈ ਲਈਏ ਮੰਨ ਕੇ ਚਲੋ ਕਿਸੇ ਹੋਰ ਦਾ ਸ਼ੇਅਰ ਲੈ ਲਈਏ ਨਾਲ ਤਾਂ ਸ਼ੇਅਰ ਆ ਉਹ ਅੱਡ ਦਾ ਹੋ ਗਿਆ ਉਹਨਾਂ ਨਾਲ ਕੁਰਸੀ ਤੇ ਮੇਜ਼ ਤਾਂ ਕਨੈਕਸ਼ਨ ਹੈਗਾ ਮਾੜਾ ਮੋਟਾ ਸ਼ੇਅਰ ਉਹ ਅੱਡ ਦਾ ਹੋ ਗਿਆ ਤਾਂ ਉਹਦੇ ਲਈ ਤੀਜੀ ਠੀਕ ਹੋ ਜੂਗੀ ਜਿਹੜਾ ਚੌਥਾ ਹੈ ਉਹ ਦਰਸਾਉਂਦਾ ਵੀ ਤਿੰਨ ਜਿਹੜੀਆਂ ਚੀਜ਼ਾਂ ਦਿੱਤੀਆਂ ਜਾਂ ਕੁਝ ਵੀ ਦਿੱਤਾ ਹੋਇਆ ਉਹਨਾਂ ਦਾ ਆਪਸ ਵਿੱਚ ਕੋਈ ਵੀ ਸਬੰਧ ਨਹੀਂ ਹੈ ਜਿਵੇਂ ਆਪਾਂ ਕਰ ਲਈਏ ਇੱਕ ਆਪਾਂ ਅਧਿਆਪਕ ਲੈ ਲਈਏ ਠੀਕ ਹੈ ਇੱਕ ਅਧਿਆਪਕ ਲੈ ਲਈਏ ਇੱਕ ਕਪ ਲੈ ਲਈਏ ਕੁਰਸੀ ਠੀਕ ਹੈ ਇੱਕ ਕਪ ਲੈ ਲਈਏ ਫੁੱਲ ਉਹਨਾਂ ਦਾ ਕੋਈ ਆਪਸ ਵਿੱਚ ਕੋਈ ਸਬੰਧ ਨਹੀਂ ਬਣਦਾ ਤਾਂ ਉਹ ਅਡ-ਅਡ ਲਿਖੇ ਜਾਣਗੇ ਚੌਥੇ ਦੀ ਤਰ੍ਹਾਂ ਠੀਕ ਹੈ ਬੇਟਾ ਚਲੋ ਹੁਣ ਆਪਾਂ ਕੁਐਸਚਨ ਕਰਦੇ ਹਾਂ ਇਹਦੇ ਨਾਲ ਦੇ ਰਿਲੇਟਡ ਇਹ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਹੀ ਦਿੱਤਾ 151ਵਾਂ ਕੁਐਸਚਨ ਫਰਨੀਚਰ ਮੇਜ਼ ਤੇ ਕੁਰਸੀ ਤੱਪ ਮੇਜ਼ ਤੇ ਕੁਰਸੀ ਕਿਦੇ ਵਿੱਚ ਆਉਂਦੇ ਆ ਬੇਟਾ ਫਰਨੀਚਰ ਚ ਆਉਂਦੇ ਆ ਮਤਲਬ ਇਹਦੇ ਲਈ ਕਿਹੜਾ ਸਹੀ ਆ ਫਿਰ ਦੂਜਾ ਸਹੀ ਆ ਤਾਂ ਦੂਜੀ ਆਪਸ਼ਨ ਦੇ ਵਿੱਚ ਦੂਜਾ ਨਾ ਤਾਂ ਇਹਦੇ ਲਈ ਦੂਜੀ ਡਾਇਗਰਾਮ ਬਣੇਗੀ ਅਗਲਾ ਦਿਨ ਹਫਤਾ ਸਾਲ ਕਿਹੜੀ ਬਣੇਗੀ ਵੀ ਸਾਰੇ ਬੱਚਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਸ਼ਾਬਾਸ਼ ਕਿਹੜੀ ਬਣੇਗੀ ਪਹਿਲੀ ਪਹਿਲਾਂ ਦਿਨ ਆਉਂਦੇ ਨੇ ਫਿਰ ਹਫਤੇ ਫਿਰ ਸਾਲ ਆਉਂਦੇ ਨੇ ਪਹਿਲੀ ਆਪਸ਼ਨ ਬਣੀ ਇਹਦੇ ਲਈ ਠੀਕ ਹੈ ਉਸ ਤੋਂ ਬਾਅਦ ਹਾਥੀ گاਾਂ ਜਾਨਵਰ ਇਹਦੇ ਲਈ ਕਿਹੜੀ ਬਣੇਗੀ ਬੇਟਾ ਦੂਜੀ ਬਣੇਗੀ ਦੇਖੋ ਦੂਜੀ ਡਾਇਗਰਾਮ ਆਸੇ ਮਤਲਬ ਜਾਨਵਰਾਂ ਚਾਉਂਦੇ ਨੇ ਦੋਵੇਂ ਹਾਥੀ ਤੇ گاਾਂ ਠੀਕ ਹੈ ਬੇਟਾ ਤਾਂ ਉਹਦੇ ਲਈ ਕੀ ਆ ਜਾਏਗਾ ਦੂਜੀ অপਸ਼ਨ ਆ ਜਾਏਗੀ ਅਗਲਾ 154 ਕੁਐਸਚਨ ਇੱਕ ਬਜ਼ੁਰਗ ਆਦਮੀ ਦਾ ਪੁੱਤਰ ਮੇਰੇ ਪੁੱਤਰ ਦਾ ਚਾਚਾ ਹੈ ਉਹ ਬਜ਼ੁਰਗ ਆਦਮੀ ਮੇਰਾ ਕੀ ਲੱਗਦਾ ਹੈ ਤੁਸੀਂ ਆਪਣੇ ਆਪ ਨੂੰ ਵੱਡੇ ਮੰਨ ਕੇ ਚਲੋ ਘਰ ਦੇ ਵਿੱਚ ਤੁਹਾਡਾ ਇੱਕ ਛੋਟਾ ਭਰਾ ਤੁਸੀਂ ਐ ਮੰਨ ਕੇ ਚਲੋ ਠੀਕ ਹੈ ਇੱਕ ਬਜ਼ੁਰਗ ਆਦਮੀ ਮੈਂ ਉਹਨੂੰ ਪਿਤਾ ਲੈ ਕੇ ਚੱਲਦਾ ਹਾਂ ਬਜ਼ੁਰਗ ਆਦਮੀ ਨੂੰ ਮੇਰਾ ਵੀ ਪਿਤਾ ਹੋ ਫਿਰ ਆਪਵਾਜ ਦੇਖਦੇ ਆ ਵੀ ਸਹੀ ਲੱਗਦਾ ਹੈ ਇੱਕ ਬਜ਼ੁਰਗ ਆਦਮੀ ਦਾ ਪੁੱਤਰ ਬਜ਼ੁਰਗ ਆਦਮੀ ਦਾ ਪੁੱਤਰ ਜੇ ਉਹਨੂੰ ਮੈਂ ਪਿਤਾ ਲੈ ਕੇ ਚੱਲ ਰਿਹਾ ਬਜ਼ੁਰਗ ਆਦਮੀ ਦਾ ਪੁੱਤਰ ਕੀ ਹੋ ਗਿਆ ਮੇਰਾ ਭਰਾ ਹੋਇਆ ਛੋਟਾ ਠੀਕ ਹੈ ਮੇਰੇ ਪੁੱਤਰ ਦਾ ਕੀ ਹੋ ਜੂਗਾ ਫਿਰ ਉਹ ਚਾਚਾ ਮੇਰੇ ਪੁੱਤਰ ਦਾ ਚਾਚਾ ਹੀ ਹੋ ਜੂਗਾ ਨਾ ਮੇਰਾ ਛੋਟਾ ਭਰਾ ਠੀਕ ਹੈ ਤਾਂ ਫਿਰ ਬਜ਼ੁਰਗ ਆਦਮੀ ਨੂੰ ਮੈਂ ਕੀ ਮੰਨਿਆ ਸੀ ਪਿਤਾ ਤਾਂ ਉਹਦੇ ਲਈ ਪਿਤਾ ਚੌਥੀ ਆਪਸ਼ਨ ਸਹੀ ਹੋਏਗੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਜਦੋਂ ਹੀ ਰਿਸ਼ਤਿਆਂ ਵਾਲਾ ਕੁਐਸਚਨ ਆਉਂਦਾ ਤੁਸੀਂ ਆਪਣੇ ਤੇ ਜਾਂ ਆਪਣੇ ਡੈਡੀ ਤੇ ਜਾਂ ਆਪਣੇ ਮੰਮੀ ਤੇ ਉਹਨੂੰ ਲਗਾ ਆਪਣੇ ਰਿਸ਼ਤੇਦਾਰੀ ਦੇ ਵਿੱਚ ਕਿਤੇ ਲਾਉਣਾ ਤੁਹਾਨੂੰ ਬਹੁਤ ਆਸਾਨੀ ਹੋ ਜੇਗੀ ਇਹ ਜਿਹੇ ਕੁਐਸਚਨ ਕਰਨ ਵਿੱਚ 155ਵਾਂ ਕੁਐਸਚਨ ਮੈਂ ਨਹੀਂ ਕਰਾਉਂਗਾ ਇਹ ਤੁਸੀਂ ਆਪ ਟਰਾਈ ਕਰਨਾ ਇਹਦਾ ਆਨਸਰ ਆਪਣੇ ਟੀਚਰਜ਼ ਨੂੰ ਭੇਜਣਾ ਜਾਂ ਕਮੈਂਟ ਬਾਕਸ 'ਚ ਲਿਖਣਾ ਏ ਭਰਾ ਹੈ ਬੀ ਦਾ ਬੀ ਧੀ ਹੈ ਸੀ ਦੀ ਸੀ ਪਤਨੀ ਹੱਡੀ ਦੀ ਡੀ ਏ ਦਾ ਕੀ ਲੱਗਦਾ ਹੈ ਠੀਕ ਹੈ ਆਪਦੇ ਪਰਿਵਾਰ ਦੇ ਮੈਂਬਰ ਚੋਂ ਕਿਸੇ ਨੂੰ ਮੰਨੋ ਤੇ ਦੇਖੋ ਵੀ ਉੱਤਰ ਕੀ ਆਏਗਾ 155ਵਾਂ ਕੁਐਸਚਨ ਚਤਰਬੁਜਿਤ ਕੋਣਾਂ ਦੀ ਸੰਖਿਆ ਦੱਸੋ ਇਹਦਾ ਆਪਾਂ ਅਲੱਗ ਤੋਂ ਵੀ ਇੱਕ ਵੀਡੀਓ ਲੈਕਚਰ ਬਣਾਵਾਂਗੇ ਜਿਹਦੇ ਵਿੱਚ ਆਪਾਂ ਸਿਖਾਵਾਂਗੇ ਵੀ ਅਲੱਗ-ਅਲੱਗ ਲੈਕਚਰਾਂ ਦੇ ਵਿੱਚ ਤਕੋਣਾਂ ਤੁਸੀਂ ਕਿਵੇਂ ਪਤਾ ਕਰਨੀਆਂ ਤਾਂ ਆਪਾਂ ਵੈਸੇ ਹੀ ਇਹਦੇ ਵਿੱਚ ਗਿਣ ਲੈਨੇ ਆ ਵੀ ਕਿੰਨੀਆਂ ਤਕੋਣਾਂ ਨੇ ਠੀਕ ਹੈ ਵੀ ਪਹਿਲਾਂ ਵਿੱਚ ਵਿੱਚ ਗਿਣੋ 1 2 3 4 5 6 7 ਵਿੱਚ ਕਿੰਨੀ ਹੋ ਗਈਆਂ ਬੇਟਾ 7 ਠੀਕ ਹੈ ਵਿੱਚ ਆਲੀਆਂ ਸਾਰਿਆਂ ਨੂੰ ਸਮਝ ਆ ਗਈ ਨਾ 7 ਹੋ ਗਈਆਂ ਹੁਣ ਇੱਕ ਹੋਰ ਤੇ ਕੌਣ ਹੈ ਕਿਹੜੀ ਹੈ ਵੀ ਇਹ ਵਾਲੀ ਇਹ ਵਾਲੀ ਹੈਗੀ ਹੈ ਨਾ ਤਾਂ ਟੋਟਲ ਕਿੰਨੀ ਹੋ ਗਈਆਂ 7 1 8 ਤੱਕ ਹੋ ਗਈਆਂ ਇਹਦੇ ਵਿੱਚ ਤਾਂ ਸਹੀ ਉੱਤਰ ਕੀ ਆਏਗਾ ਬੇਟਾ ਤੀਜੀ অপਸ਼ਨ 8 ਤਕ ਹੋਣਾ ਅਗਲਾ ਕੁਐਸਚਨ ਜੇ ਜੇਕਰ ਕਿਸੇ ਸਾਲ ਵਿੱਚ ਦਸੰਬਰ ਦਾ ਮਹੀਨਾ ਐਤਵਾਰ ਨਾਲ ਸ਼ੁਰੂ ਹੋਵੇ ਤਾਂ ਇਸ ਮਹੀਨੇ ਦਾ ਆਖਰੀ ਦਿਨ ਕਿਹੜਾ ਹੋਇਆ ਇਹ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਹੁਣ ਵੀ ਤੁਹਾਨੂੰ ਇੱਕ ਵਾਰੀ ਮੈਂ ਦੱਸ ਦਿੰਨਾ ਇਹ ਜਿਹੜਾ ਕੁਐਸਚਨ ਜੋ ਤੁਸੀਂ ਆਉਂਦਾ ਤੁਹਾਨੂੰ ਤਾਂ 7 ਦਿਨਾਂ ਬਾਅਦ ਉਹੀ ਦਿਨ ਵਾਪਸ ਆਏਗਾ ਤੁਹਾਨੂੰ ਪਤਾ ਨਾ ਜੇ 1 ਤਰੀਕ ਨੂੰ ਇਹ ਕਹਿੰਦੇ ਨੇ ਐਤਵਾਰ ਆ ਤਾਂ 8 ਤਰੀਕ ਨੂੰ ਵੀ ਕੀ ਹੋਊਗਾ ਐਤਵਾਰ ਐਵੇਂ ਫਿਰ 7 ਜੋੜ ਦੋ ਕਿੰਨਾ ਬਣ ਜੂਗਾ 15 15 ਨੂੰ ਵੀ ਐਤਵਾਰ ਹੋਏਗਾ ਫਿਰ 7 ਜੋੜ ਦੋ 22 22 ਨੂੰ ਵੀ ਐਤਵਾਰ ਹੋਏਗਾ ਫਿਰ 7 ਜੋੜ ਦੋ 29 29 ਨੂੰ ਵੀ ਐਤਵਾਰ ਹੋਏਗਾ ਆਖਰੀ ਮਹੀਨਾ ਆਖਰੀ ਦਿਨ ਆਖਰੀ ਤਰੀਕ ਕਿਹੜੀ ਹੋਊਗੀ 31 ਦਸੰਬਰ 31 ਦਾ ਹੁੰਦਾ ਨਾ 29 ਤਰੀਕ ਨੂੰ ਐਤਵਾਰ ਹੈ ਤਾਂ 30 ਤਰੀਕ ਨੂੰ ਸੋਮਵਾਰ ਹੈ ਤਾਂ ਫਿਰ 31 ਤਰੀਕ ਨੂੰ ਕੀ ਦਿਨ ਹੋਊਗਾ ਵੀ ਮੰਗਲਵਾਰ ਹੋਊਗਾ ਲਾਸਟ ਦਿਨ ਕੀ ਹੈ ਮੰਗਲਵਾਰ ਹੋਊਗਾ ਅਗਲਾ 158 ਤੋਂ 165 ਤੱਕ ਕੁਐਸਚਨ ਨੇ ਹੇਠ ਲਿਖੇ ਪ੍ਰਸ਼ਨ ਵਿੱਚ ਨਿਸ਼ਾਨ ਦੇ ਖੱਬੇ ਪਾਸੇ ਦੇ ਅੱਖਰਾਂ ਅੰਕਾਂ ਚਿੱਤਰਾਂ ਵਿੱਚ ਸਬੰਧ ਸਥਾਪਿਤ ਹੈ ਸੱਜੇ ਪਾਸੇ ਦੇ ਜੋੜਿਆਂ ਵਿੱਚ ਵੀ ਉਹੀ ਸਬੰਧ ਸਥਾਪਿਤ ਕਰਦੇ ਹੋਏ ਦਿੱਤੇ ਗਏ ਵਿਕਲਪਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ ਮਤਲਬ ਜਿਹੜੇ ਆਪਾਂ ਨੂੰ ਸੱਜੇ ਪਾਸੇ ਦਿੱਤੇ ਹੋਏ ਨੇ ਜਿਵੇਂ 158ਵਾਂ ਕੁਐਸਚਨ ਦੀ ਗੱਲ ਕਰ ਲਈਏ ਇਹਨਾਂ ਦਾ ਆਪਸ ਦੇ ਵਿੱਚ ਕੋਈ ਸਬੰਧ ਹੈ ਜਿਵੇਂ ਇਹਨਾਂ ਦਾ ਸਬੰਧ ਦਾ ਉਹੀ ਸਬੰਧ ਆਪਾਂ ਇੱਧਰ ਵੀ ਬਣਾਉਣਾ ਠੀਕ ਹੈ ਬੇਟਾ ਜਿਵੇਂ ਚਲੋ ਹੁਣ ਆਪਾਂ ਕਰਦੇ ਆ ਇਹਨੂੰ ਹੱਲ ਦੇਖੋ ਕਿਵੇਂ ਕਰਦੇ ਆਪਾਂ ਕਿਸਾਨ ਕਿਸਾਨ ਕਿੱਥੇ ਕੰਮ ਕਰਦਾ ਵੀ ਖੇਤ 'ਚ ਇਹੀ ਤਾਂ ਬੰਦਾ ਨਾ ਇਹਦਾ ਕਲਰਕ ਕਲਰਕ ਕਿੱਥੇ ਕੰਮ ਕਰਦਾ ਦਫ਼ਤਰ 'ਚ ਤਾਂ ਉਹਦੀ ਪਹਿਲੀ ਆਪਸ਼ਨ ਸਹੀ ਆਏਗੀ ਅਗਲਾ ਕੁਐਸਚਨ ਪੇਲ ਲੀਪ ਪੋਸ਼ ਕਿਦੇ ਬਰਾਬਰ ਹੋਊਗਾ ਕਿਵੇਂ ਕੀਤਾ ਸਿਰਫ ਅੱਖਰਾਂ ਦੀ ਰੀ ਅਰੇਂਜਮੈਂਟ ਕੀਤੀ ਹੋਈ ਹੈ ਠੀਕ ਹੈ ਕਿਵੇਂ ਕੀਤਾ ਵੀ ਜਿਹੜੇ ਪਹਿਲੇ ਦੋ ਅੱਖਰ ਨੇ ਉਹਨਾਂ ਦੇ ਅੰਕਾਂ ਦੇ ਸਥਾਨ ਬਦਲ ਕੇ ਉਹਨਾਂ ਨੂੰ ਮਗਰਲੇ ਦੋ ਅੱਖਰ ਲਿਖਿਆ ਹੋਇਆ ਜਿਹੜੇ ਪਿਛਲੇ ਦੋ ਅੱਖਰ ਨੇ ਉਹਨਾਂ ਨੂੰ ਪਹਿਲਾਂ ਲਿਖਿਆ ਹੋਇਆ ਠੀਕ ਹੈ ਜਿਵੇਂ ਆਪਾਂ ਇਹਦੇ ਲਈ ਬਣਾਉਣੇ ਆ ਪਹਿਲਾਂ ਤਾਂ ਜਿਹੜੇ ਪਿਛਲੇ ਦੋ ਅੱਖਰ ਨੇ ਉਹਨਾਂ ਨੂੰ ਪਹਿਲ ਤੇ ਲਿਖ ਦੋ ਕੀ ਬਣ ਜੂਗਾ ਐਸ਼ ਐਚ ਠੀਕ ਹੈ ਜਿਹੜਾ PO ਲਿਖਿਆ ਹੋਇਆ ਮੂਰਲੇ ਦੋ ਅੱਖਰ ਇਹਨਾਂ ਦਾ ਅੰਕਾਂ ਦਾ ਸਥਾਨ ਬਦਲ ਕੇ ਲਿਖ ਦੋ ਮਤਲਬ ਕੀ ਲਿਖਾਂਗੇ O P ਤਾਂ ਆਪਣੀ ਸਹੀ ਆਪਸ਼ਨ ਕੀ ਆਏਗੀ ਸ਼ਾਪ ਹੈਗੀ ਆਪਸ਼ਨ ਨਾ ਤੀਜੀ ਆਪਸ਼ਨ ਇਹਦੇ ਲਈ ਸਹੀ ਉੱਤਰ ਆਏਗੀ ਠੀਕ ਹੈ ਪਹਿਲੇ ਦੋ ਅੱਖਰਾਂ ਦਾ ਅੰਕਾਂ ਦਾ ਸਥਾਨ ਬਦਲ ਕੇ ਪਿਛਲੇ ਪਾਸੇ ਲਿਖਿਆ ਜਿਹੜੇ ਪਿਛਲੇ ਦੋ ਅੱਖਰ ਨੇ ਉਹਨਾਂ ਨੂੰ ਐਜ਼ ਇਟ ਇ ਪਹਿਲੇ ਦੋ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਠੀਕ ਹੈ ਬੇਟਾ 60 ਨੰਬਰ ਕੁਐਸਚਨ ਦੇਖੋ ਬਈ CAT ਨੂੰ DDY ਲਿਖਿਆ ਹੋਇਆ ਫਰ ਵੀ ਆ ਜੀ ਨੂੰ ਦੇਖਣਾ ਕਿ ਮੇਰੇ ਖਿਆਲ ਸੀ 180 ਨੂੰ ਜਿਵੇਂ ਡੀ ਡੀ ਵਾਈ ਲਿਖਿਆ ਉਵੇਂ ਉਹਨੂੰ ਲਿਖਿਆ ਪਹਿਲਾ ਮੈਂ ਲਿਖ ਰਿਹਾ ਇੱਥੇ ਸੀ ਨੂੰ ਕੀ ਲਿਖਿਆ ਇਹਨਾਂ ਨੇ ਡੀ ਲਿਖਿਆ ਮਤਲਬ ਅਗਲਾ ਅੱਖਰ ਹੀ ਲਿਖਿਆ ਏ ਨੂੰ ਕੀ ਲਿਖਿਆ ਬੀ ਸੀ ਡੀ ਏ ਨੂੰ ਡੀ ਲਿਖਿਆ ਮਤਲਬ ਬੀ ਤੇ ਸੀ ਵਿੱਚੋਂ ਛੱਡੇ ਹੋਏ ਆ ਅੱਗੇ ਟੀ ਟੀ ਵਾਸਤੇ ਯੂ ਵੀ ਡਬਲਯੂ ਐਕਸ ਵਾਈ ਵਾਈ ਲਿਖਿਆ ਮਤਲਬ ਕਿੰਨੇ ਛੱਡੇ ਹੋਏ ਆ ਬੇਟਾ ਚਾਰ ਛੱਡੇ ਹੋਏ ਆ पहले वास्ते कोई अक्र नहीं छड़ा उदू अगले वास्ते दो छोड़े हुए उदू अगले वास्ते चार छोड़े हुए सिंपल काम करना आप देखो आप भी बी आई जी ले लावे पहला बी तो कोई नहीं छड़ना मतलब की लिखना सी उतु बाद आई आई वास्ते कि छड़ने दो जे तो के छ दो एल आऊगा उद वाई हां जी जी वास्ते कने हिरਨੇ 4 ਛੱਡ ਦੋ एच आई जे के 4 ਛੱਡ ਤੇ ਅਗਲਾ ਕੀ ਅੱਖਰ ਆਊਗਾ ਐਲ ਆਊਗਾ ਤਾਂ ਸੀ ਐਲ ਐ ਦੇ ਲਈ ਸਹੀ ਉੱਤਰ ਆਏਗਾ ਅਗਲਾ ਕੁਐਸਚਨ 161ਵਾਂ 4 27 ਕੁਐਸਚਨ ਮਾਰਕ 125 4 27 4 ਗੀਆ ਵੀ 2 ਦਾ ਸਕੁਅਰ ਤੇ ਉਹਦੇ ਨਾਲ ਕੀ ਹੈ 3 ਦਾ ਕਯੂਬ ਯਾਰ ਮੀਆ 2 10 ਸਕੁਅਰ 4 3 ਦਾ ਕਯੂ ਕਿੰਨਾ ਹੈ 3 3 9 3 27 ਤਾਂ ਅੱਗੇ ਵੀ ਕੀ ਹੋਊਗਾ ਫਿਰ ਅਗਲੀ ਅਗਲੀ ਅਲੀ ਕੀ ਹੋਊਗਾ 4 ਦਾ ਸਕੁਅਰ ਤੇ 5 ਦਾ ਕਯੂ 5 ਦਾ ਕਯੂ ਤਾਂ ਪਿਆ 5 5 25 5 125 4 ਦਾ 10 ਨਹੀਂ ਆਇਆਗਾ 4 ਦਾ ਸਕੁਅਰ ਕਿੰਨਾ ਬਣੂਗਾ 4 4 16 ਤਾਂ ਇਹਦੇ ਲਈ 16 ਜਿਹੜਾ ਉਹ ਸਹੀ ਉੱਤਰ ਆਏਗਾ ਅਗਲਾ 21 3 574 ਦਾ ਦਸਨਾ ਵੀ ਕਿਹਦੇ ਨਾਲ ਬਣੂਗਾ 21 ਦਾ 3 ਮਤਲਬ 21 ਨੂੰ 7 ਨਾਲ ਭਾਗ ਕਰਦਾਂਗੇ 3 ਬਣ ਜੂਗਾ ਜਾਂ 3 7 21 ਠੀਕ ਹੈ ਤਾਂ 574 ਨੂੰ 7 ਨਾਲ ਭਾਗ ਕਰਦਾਂਗੇ ਕਿੰਨਾ ਬਣ ਜਗਾ 82 ਇਹ ਤਾਂ ਕਾਫੀ ਆਸਾਨ ਸੀ ਸੌਖਾ ਸੀ ਅਗਲਾ ਕੁਐਸਚਨ ਪ੍ਰਸ਼ਨ ਜਿੱਤਰ ਆਪਾਂ ਦਿੱਤੇ ਹੋਏ ਆ ਆਪਾਂ ਅਗਲੇ ਵਾਤਾ ਦਸਨਾਮੀ ਕੀ ਕੀ ਕੀਤਾ ਹੋਇਆ ਪਹਿਲੇ ਤੇ ਦੋ ਦਾ ਕੀ ਕਨੈਕਸ਼ਨ ਹੈ ਇੱਕ ਤਾਂ ਕੀ ਕੀਤਾ ਇਹਨਾਂ ਦੀ ਸਾਈਡ ਚੇਂਜ ਕਰਤੀ ਠੀਕ ਹੈ आहा इधर पासे हूँ इधर आ गए ठीक है तो आोड़िया जी फिकिया सी बिचलियां लाइन य थोड़िया जी की करती है गूढ़िया उम्मीद आप करें देखो कि दे साइड चेंज करनी है जेडे आहा दिसदे ने यह इधरले पासे दिसने चाहिए ने ठीक है तो आह फिका एक गूढ़ा करना ठीक है, है? की चा भी ये देखो बेटा की चाह की चाहिए शाबाश ये कि ऑप्शन आएगी चौथी ऑप्शन देखो ये इधर पासे भी आ गए तो गूढ़ा भी हो गया तो ये चौथी ऑप्शन ਸਹੀ ਹੈ। ਅਗਲਾ ਕੁਐਸਚਨ F ਨੂੰ E ਲਿਖਤਾ I ਨੂੰ ਕੀ ਲਿਖਿਆ ਜਾਊਗਾ? ਅਸਲ ਇੱਥੇ F E ਇਹ ਅਸਲ ਡਾਇਗਰਾਮ ਦੀ ਗੱਲ ਹੋ ਰਹੀ ਹੈ F E ਐਜ਼ ਆ ਵਰਡ ਨਹੀਂ ਹੈਗੇ ਇੱਥੇ। ਇਹ ਡਾਇਗਰਾਮ ਨੇ ਹੈ ਤਾਂ। ਠੀਕ ਹੈ। F E ਵੈਸੇ ਆਗੇ ਇੰਗਲਿਸ਼ ਅਲਫਾਬੇਟ ਪਰ ਇੱਥੇ ਇੱਕ ਡਾਇਗਰਾਮ ਦਾ ਕੰਮ ਕਰ ਰਹੇ ਨੇ। ਆਪਾਂ ਇਹਨੂੰ ਐਜ਼ ਆ ਡਾਇਗਰਾਮ ਲੈ ਕੇ ਚੱਲਾਂਗੇ। ਠੀਕ ਹੈ। ਦੇਖੋ ਇਸ ਐਫ ਦੇ ਵਿੱਚ ਮਤਲਬ ਇਸ ਡਾਇਗਰਾਮ ਦੇ ਵਿੱਚ ਦੋ ਡੰਡੀਆਂ ਸੀ ਇੱਥੇ ਵਧਾ ਕੇ ਥੱਲੇ ਇੱਕ ਹੋਰ ਵਧਾਤੀ ਮਤਲਬ ਤਿੰਨ ਕਰਤੀਆਂ ਤਲੜੀ ਦਿੰਦੀ ਦੇਖੋ ਮੈਂ ਬਣਾ ਕੇ ਦਿਖਾਉਣਾ ਇੱਥੇ ਦੋ ਸੀ ਨਾ ਤਾਂ ਅਗਲੀ ਅਗਲੀ ਡਾਇਗਰਾਮ ਚ ਕੀ ਕੀਤਾ ਇੱਕ ਹੋਰ ਲਾਤੀ ਮਤਲਬ ਇਹਨੂੰ ਈ ਬਣ ਗਿਆ ਇਹ ਠੀਕ ਹੈ ਅਗਲੀ ਦੇ ਵਿੱਚ ਵੀ ਫਿਰ ਆਪਾਂ ਇਹੀ ਕਰਾਂਗੇ ਇੱਕ ਡੰਡੀ ਵਧਾਵਾਂਗੇ ਥੱਲੇ ਇੱਕ ਐਵੇਂ ਆ ਤਾਂ ਕਿ ਡੰਡੀ ਵਧਾ ਦਾਂਗੇ ਐਵੇਂ ਕੀ ਬਣ ਜੂਗਾ ਐਲ ਬਣ ਜੂਗਾ ਤਾਂ ਇਹਦੇ ਲਈ ਦੂਜੀ ਆਪਸ਼ਨ ਸਹੀ ਆਏਗੀ ਠੀਕ ਹੈ ਬੇਟਾ ਆਰਮਾ ਕੁਐਸਚਨ ਦੇਖੋ ਬੇਟਾ ਕੀ ਕੀਤਾ ਹੋਇਆ ਡਾਇਗਰਾਮ ਧਿਆਨ ਨਾਲ ਦੇਖੋ ਡਾਇਗਰਾਮ ਨੂੰ ਧਿਆਨ ਨਾਲ ਦੇਖੋ ਕੀ ਕੀਤਾ ਤਕੂਣ ਬਣੀ ਹੋਈ ਹੈ ਉਹਦੇ ਆਲੇ ਦੁਆਲੇ ਚੱਕਰ ਬਣੇ ਹੋਇਆ ਉਹ ਤੋਂ ਬਾਅਦ ਕੀ ਬਣ ਗਿਆ ਦੂਜੀ ਡਾਇਗਰਾਮ ਚ ਕੱਲਾ ਚੱਕਰ ਰਹਿ ਗਿਆ ਮਤਲਬ ਜਿਹੜੇ ਆੜੇ ਦੁਆਲੇ ਚੱਕਰ ਬਣੇ ਆ ਉਹਨਾਂ ਦੇ ਵਿੱਚੋਂ ਇੱਕ ਚੱਕਰ ਰਹਿ ਗਿਆ ਜਿਹੜਾ ਪਹਿਲਾ ਚੱਕਰ ਸੀ ਠੀਕ ਹੈ ਉਸ ਤੋਂ ਬਾਅਦ ਪਲੱਸ ਬਣਿਆ ਹੋਇਆ ਪਲਾ ਦੇ ਆਲੇ ਦੁਆਲੇ ਵਰਗ ਰੇ ਹੋਇਆ ਵਰਗ ਬਣੇ ਹੋਇਆ ਤਾਂ ਇਸ ਦੂਆ ਦਾ ਪੱਕੀ ਲਿਖਾਂਗੇ ਛੋਟਾ ਵਰਗ ਲਿਖ ਦਾਂਗੇ ਜਿਹੜਾ ਪਹਿਲ ਤੇ ਹੈ ਤਾਂ ਕੀ ਜਿਹੜਾ ਦੂਜੀ ਆਪਸ਼ਨ ਇਹਦੇ ਲਈ ਸਹੀ ਆਏਗੀ ਅਗਲਾ ਇੱਕ ਲੜੀ ਅਨੁਸਾਰ ਵਿਕਲਪ 1 2 3 4 ਵਿੱਚੋਂ ਕਿਹੜਾ ਚਿੱਤਰ ਵਰਗ ਚਿੰਨ ਆਪ੍ਰਸ਼ਨ ਚਿੰਨ ਦੀ ਜਗ੍ਹਾ ਤੇ ਆਏਗਾ ਦੇਖੋ ਕੀ ਆ ਕੀ ਆਏਗਾ ਪਹਿਲਾਂ ਕੀ ਕੀਤਾ ਵੀ ਇੱਕ ਗੋਲਾ ਜਿਹਾ ਸੀ ਵਿੱਚ ਦੋ ਹੋ ਗਏ ਫਿਰ ਤਿੰਨ ਹੋ ਗਏ ਹੁਣ ਕਿੰਨੇ ਹੋ ਜਾਣਗੇ ਚਾਰ ਠੀਕ ਹੈ ਚਾਰ ਵਾਲੀਆਂ ਆਪਣੇ ਕੋਲੇ ਆਪਸ਼ਨਾਂ ਦੇ ਵਿੱਚ ਦੇਖੋ ਤੁਸੀਂ ਚਾਰ ਵਾਲੇ ਕਿੰਨੇ ਨੇ ਦੋ ਨੇ ਠੀਕ ਹੈ ਹੁਣ ਆਪਾਂ ਉਹਦੀਆਂ ਲੱਤਾਂੀਆਂ ਦੇਖਦੇ ਹਾਂ ਥੱਲੇ ਪਹਿਲਾਂ ਚਾਰ ਸੀ ਫਿਰ ਤਿੰਨ ਹੋ ਗਈਆਂ ਫਿਰ ਦੋ ਹੋ ਗਈਆਂ ਹੁਣ ਕਿੰਨੀ ਹੋਣੀ ਚਾਹੀਦੀਆਂ ਇੱਕ ਤਾਂ ਕਿਹੜੀ ਆਪਸ਼ਨ ਸਹੀ ਹੋਗੀ ਪਹਿਲੀ অপਸ਼ਨ ਇਹਦੇ ਲਈ ਸਹੀ ਹੋਏਗੀ। ਅਗਲਾ 167ਵਾਂ ਕੁਐਸਚਨ ਦੇਖੋ ਕੀ ਬਣਿਆ ਹੋਇਆ ਹੈ ਇਹ ਸਾਰੇ ਜਿਹੜੀ ਤਿੰਨ ਡਾਇਗਰਾਮ ਬਣੀਆਂ ਹੋਈਆਂ ਇਹਦੇ ਵਿੱਚ ਠੀਕ ਹੈ ਇੱਕ ਵਰਗ ਬਣਿਆ ਇੱਕ ਚੱਕਰ ਇੱਕ ਪਲੱਸ ਦੀ ਨਿਸ਼ਾਨੀ ਜਿਹੀ ਬਣੀ ਹੋਈ ਆ ਉਹ ਇੱਕ ਦੂਜੇ ਨੂੰ ਕਿੰਨੇ ਕਿੰਨੇ ਡਿਗਰੀ ਦੇ ਘੁੰਮ ਰਿਹਾ ਬੇਟਾ 90 90 ਡਿਗਰੀ ਦੇ ਸਾਰੇ ਠੀਕ ਹੈ ਵਰਗ ਆ ਜਿਹੜਾ ਪਹਿਲਾਂ ਪਲੱਸ ਦਾ ਨਿਸ਼ਾਨ ਇੱਥੇ ਸੀ ਫਿਰ نیچے ਆ ਗਿਆ ਇੱਥੇ ਮੰਨ 90 ਡਿਗਰੀ ਦੇ ਘੁੰਮ ਰਹੀ ਨੇ ਹੁਣ ਆਪਾਂ ਦੇਖਣਾ ਵੀ ਇੱਥੇ ਕਿੰਨੇ ਡਿਗਰੀ ਦੇ ਆਉਂਗੇ ਦੇਖੋ ਆਹਾ ਮੈਂ ਇੱਥੇ ਬਣਾ ਰਿਹਾਗਾ ਦੇਖੋ ਧਿਆਨ ਨਾਲ ਪਲੱਸ ਦਾ ਨਿਸ਼ਾਨ ਇੱਥੇ ਆ ਤਾਂ ਪਲੱਸ ਦਾ ਨਿਸ਼ਾਨ ਕਿੱਥੇ ਆ ਜੂਗਾ ਇੱਥੇ ਆ ਜੂਗਾ ਇੱਥੇ ਆ ਜੂ ਪਲੱਸ ਦਾ ਨਿਸ਼ਾਨ ਠੀਕ ਹੈ ਜਿਹੜਾ ਚੱਕਰ ਬਣਿਆ ਹੋਇਆ ਉਹ ਇੱਥੇ ਆ ਜੂਗਾ ਇੱਥੇ ਚੱਕਰ ਆ ਜੂਗਾ ਠੀਕ ਹੈ ਬੇਟਾ ਤੇਰਾ ਵਰਗਾ ਉਹ ਇੱਥੇ ਆ ਜੂਗਾ ਐਵੇਂ ਬਣੂਗੀ ਇਹ ਡਾਇਗਰਾਮ ਦੇਖਣੀ ਆਪਾਂ ਕੀ ਦੇ ਵਿੱਚ ਇਦੇ ਵਿੱਚ ਆ ਬਈ ਇਹ ਤੀਜੀ ਆਪਸ਼ਨ ਦੇ ਵਿੱਚ ਇਹ ਡਾਇਗਰਾਮ ਹੈ ਤਾਂ ਉਹਦੇ ਲਈ ਕਿਹੜੀ ਆਪਸ਼ਨ ਸਹੀ ਹੋਊਗੀ ਫਿਰ ਇਹ ਤੀਜੀ ਆਪਸ਼ਨ ਸਿਰਫ 90 ਡਿਗਰੀ ਤੇ ਘੁਮਾਇਆ ਹੋਇਆ ਸਿੰਪਲ ਕੰਮ ਕੀਤਾ ਹੋਇਆ ਠੀਕ ਹੈ ਉਦੋਂ ਅਗਲੀ ਕੁਐਸਚਨ 168 ਨੰਬਰ ਕੀ ਕੀਤਾ ਹੋਇਆ ਪਹਿਲਾਂ ਪਹਿਲੀ ਚਿੱਤਰ ਦੇ ਵਿੱਚ ਕੀ ਆ ਦੇਖੋ ਇੱਕ ਤੀਰ ਦਾ ਨਿਸ਼ਾਨਾ ਫਿਰ ਦੋ ਫਿਰ ਤਿੰਨ ਹੋ ਗਏ ਫਿਰ ਚਾਰ ਹੋ ਗਏ ਤੀਰ ਦੇ ਨਿਸ਼ਾਨ ਚਾਰ ਹੋ ਗਏ ਤੇ ਡਾਇਰੈਕਸ਼ਨ ਉਹੀ ਰਹੇਗੀ ਮੇਨ ਕੰਮ ਕੀ ਕੀਤਾ ਪਹਿਲਾਂ ਇੱਥੇ ਇੱਕ ਡੰਡੀ ਜੀ ਲਾਈ ਸੀ ਫਿਰ ਦੋ ਲੱਗੀਆਂ ਫਿਰ ਇੱਥੇ ਤਿੰਨ ਲੱਗੀਆਂ ਹੁਣ ਕਿੰਨੀਆਂ ਹੋ ਜਾਣਗੀਆਂ ਚਾਰ ਤਾਂ ਕਿਹੜੀ ਆਪਸ਼ਨ ਦੇ ਵਿੱਚ ਹੁੰਦੀਆਂ ਬਈ ਇਹ ਪਹਿਲੀ ਆਪਸ਼ਨ ਦੇ ਵਿੱਚ ਇਹ ਚਾਰ ਹੁੰਦੀਆਂ ਠੀਕ ਹੈ ਹੁੰਦੀਆਂ ਚੌਥੀ じゃ ਪਰ ਉਹ ਬਹੁਤ ਵੱਡੀਆਂ ਵੱਡੀਆਂ ਉਹ ਛੋਟੀ ਲੱਗੀ ਹੋਈ ਹੈ ਠੀਕ ਹੈ ਉਹ ਕਿਹੜੀ ਚ ਵੈਲੀ ਆਪਸ਼ਨ ਚ ਅਗਲਾ ਇਹਦੇ ਲਈ ਵੀ ਕੁਝ ਨਹੀਂ ਕੀਤਾ ਹੋਇਆ ਕੀ ਕੀਤਾ ਹੋਇਆ ਵੀ ਐਂਟੀ ਕਲॉकवाइज ਇਹਨੂੰ ਘੁਮਾਇਆ 90 ਡਿਗਰੀ ਤੇ ਐਂਟੀ ਘਲੋਕਮੰਸ ਘੜੀ ਦੀ ਦਿਸ਼ਾ ਦੇ ਉਲਟ ਠੀਕ ਹੈ ਐਂਟੀ ਘਲੋਕਵਾਇਜ਼ ਘੁਮਾਇਆ ਘੜੀ ਦੀ ਦਿਸ਼ਾ ਦੇ ਉਲਟ ਘੁਮਾਇਆ ਠੀਕ ਹੈ ਆ ਬਿੰ ਆ ਕਾਲ ਆ ਜਾ ਪਹਿਲਾਂ ਦੇਖੋ ਇੱਥੇ ਸੀ ਹੁਣ ਇੱਥੇ ਆ ਗਿਆ ਅਗਲੀ ਇੱਥੇ ਆ ਗਿਆ ਉਹਦੂ ਅਗਲੀ ਇੱਥੇ ਆ ਗਿਆ ਹੁਣ ਉਹਦੂ ਅਗਲੀ ਡਾਇਗਰਾਮ ਤੇ ਕਿੱਥੇ ਆ ਜੂਗਾ ਐਸ ਸਾਈਡ ਤੇ ਆ ਜੂਗਾ ਇੱਥੇ ਆ ਜੂਗਾ ਤਾਂ ਕਿੱਥੇ ਆ ਵੀ ਕਿਹੜੀ ਜਾਇਆ ਇਹ ਇੱਥੇ ਕਿਹੜੀ ਜਾਇਆ ਇੱਥੇ ਇਹ ਪਹਿਲੀ ਜਾਇਆ ਦੇਖੋ ਬੇਟਾ ਪਹਿਲੀ ਜਿਹੇ ਇੱਥੇ ਆਇਆ ਠੀਕ ਹੈ ਤੇਲੀ ਪਹਿਲਾ ਪਹਿਲੀ ਆਪਸ਼ਨ ਹੀ ਸਹੀ ਹੋਏਗੀ ਉਸ ਤੋਂ ਬਾਅਦ ਦੇਖੋ ਇਹ ਕਾਫੀ ਇੰਪੋਰਟੈਂਟ ਹੈ ਠੀਕ ਹੈ ਇਹ ਤੁਹਾਨੂੰ ਆਈਡੀਆ ਲਗਾਉਣਾ ਪਊਗਾ ਇੱਕ ਦੋ ਵਾਰ ਤੁਸੀਂ ਮੋੜ ਕੇ ਵੇਖ ਲਓਗੇ ਐਵੇਂ ਕਾਗਜ਼ ਨੂੰ ਆਪ ਘਰੇ ਕਰਕੇ ਵੇਖੋਗੇ ਤੁਹਾਨੂੰ ਆਈਡੀਆ ਲੱਗ ਜਾਏਗਾ ਉਸ ਤੋਂ ਬਾਅਦ ਤੁਸੀਂ ਐਵੇਂ ਦੇਖ ਕੇ ਹੀ ਪਤਾ ਲਗਾ ਦਿਮਾਗ 'ਚ ਹੀ ਕੈਲਕੂਲੇਸ਼ਨ ਕਰ ਸਕਦੇ ਹੋ ਮੈਨੂੰ ਜਦੋਂ ਅਸੀਂ ਖੋਲਾਂਗੇ ਤਾਂ ਕਿਵੇਂ ਬਣੂਗਾ ਕੁਐਸਚਨ ਇਸ ਨਾਲ ਦਾ ਹੀ ਹੈ ਚਿੱਤਰ ਨਿਰਦੇਸ਼ 170 ਤੋਂ 171 ਤੱਕ ਇੱਕ ਵਰਗ ਅਤੇ ਗੋਲ ਕਾਗਜ਼ ਦੇ ਟੁਕੜੀ ਨੂੰ ਬਿੰਦੂ ਰਖਾਵਾਂ ਦੇ ਨਾਲ 모ੜਿਆ ਗਿਆ ਹੈ ਜਿਹਨੀਆਂ ਬਿੰਦੂ ਰਖਾਵਾਂ ਦਿੱਤੀਆਂ ਨੇ ਨਾ ਦਾਣੇਦਾਰ ਰੇਖਾ ਦਿੱਤੀ ਹੈ ਉਸ ਦੇ ਅਕੋਰਡਿੰਗ ਆਪਾਂ 모ੜਨਾ ਨੂੰ ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਦਰਸਾਇਆ ਹੈ ਫਿਰ ਉਸ ਨੂੰ ਆਖਰੀ ਚਿੱਤਰ ਦੇ ਅਨਸਾਰ ਕੱਟਿਆ ਗਿਆ ਕਾਗਜ਼ ਖੋਲਣ ਦੇ ਉਪਰੰਤ ਕਿਹੋ ਜਿਹਾ ਲੱਗੇਗਾ ਠੀਕ ਹੈ ਤਾਂ ਮੈਂ ਤੁਹਾਨੂੰ ਕੁਐਸਚਨ ਸਮਝਾਦਾ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਪਣੇ ਕੋਲ ਇੱਕ ਵਾਈਟ ਇਏ ਸੀਗਾ ਇਹੋ ਜਿਹਾ ਵਰਗਾਕਾਰ ਜਿੱਥੇ ਮੈਂ ਨਿਸ਼ਾਨੀ ਲਾਈ ਹੈ ਠੀਕ ਹੈ ਉਸ ਤੋਂ ਬਾਅਦ ਕੀ ਕੀਤਾ ਉਹਨੂੰ ਵਿਚਾਲੂ ਇੱਥੋਂ ਮੋੜਤਾ ਠੀਕ ਹੈ ਵਿਚਾਲੂ ਮੋੜਤਾ ਐਵੇਂ ਜਿਵੇਂ ਇਹਦੇ ਵਿੱਚ ਦਿਖਾਇਆ ਗਿਆ ਵਿਚਾਲੂ ਮੋੜਤਾ ਦੂਰਾ ਹੋ ਗਿਆ ਨਾ ਉਹ ਫਿਰ ਕੀ ਕੀਤਾ ਉਹਦੀ ਇੱਕਤਾ ਇਧਰੋਂ ਵੀ ਮੋੜਤਾ ਉਹ ਠੀਕ ਹੈ ਇੱਕਤਾ ਹੋਰ ਲਾਤੀ ਮਤਲਬ ਇੱਕ ਛੋਟਾ ਜਿਹਾ ਵਰਗ ਇੱਕ ਬਣਾ ਲਿਆ ਉਹਨੂੰ ਦੋ ਵਾਰੀ ਮੋੜਤਾ ਉਹਨੂੰ ਇੱਕ ਵਾਰੀ ਦੋ ਤਹਾਂ ਕਰਨੀਆਂ ਇੱਕ ਵਾਰੀ ਹੋਰ ਦੂਜੀ ਤਹਾਂ ਨੂੰ ਪਹਿਲਾਂ ਵਾਲੀ ਦੇ ਉੱਪਰ ਕੱਢੀ ਮਤਲਬ ਇੱਕ ਛੋਟਾ ਵਰਗ ਬਣ ਗਿਆ ਇਹ ਵਾਲਾ ਫਿਰ ਕੀ ਕੀਤਾ ਉਹਦੇ ਵਿੱਚ ਤਿੰਨ ਗੋਲੇ ਜੇ ਕਰਤੇ ਹੁਣ ਇਹਨੂੰ ਕਹਿੰਦੇ ਖੋਲਣ ਦੇ ਇਹ ਕਿਵੇਂ ਦੇ ਸੇਗਾ ਇੱਕ ਵਾਰੀ ਤੁਸੀਂ ਇਹ ਘਰੇ ਬਣਾ ਕੇ ਦੇਖਣਾ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿਵੇਂ ਦੇਖਣਾ ਫਿਰ ਤੁਸੀਂ ਆਈਡੀਆ ਵੀ ਲਗਾ ਸਕਦੇ ਹੋ ਦੀ ਇਹ ਜਿਆ ਕੁਐਸਚਨ ਕਿਵੇਂ ਹੁਣ ਮੈਂ ਤੁਹਾਨੂੰ ਖੋਲ ਕੇ ਦਿਖਾਉਂਗਾ ਹੁਣ ਖੋਲਾਂਗੇ ਵੀ ਉਵੇਂ ਜਿਵੇਂ ਆਪਾਂ ਇਹਨੂੰ ਕੀਤਾ ਸੀ ਇਧਰਲੇ ਪਾਸੇ ਠੀਕ ਹੈ ਤਾਂ ਇਧਰਲੇ ਪਾਸੇ ਵੀ ਤਿੰਨ ਦਾਣੇ ਐਵੇਂ ਐਵੇਂ ਲੱਗ ਜਾਣਗੇ ਠੀਕ ਹੈ ਫਿਰ ਆ ਜਿਹੜੇ ਨੇ ਇਹ ਇਧਰ ਵੀ ਆਉਣਗੇ ਆਹਾ ਵਾਲੇ ਇਧਰ ਵੀ ਆਉਣਗੇ ਠੀਕ ਹੈ ਮਤਲਬ ਚਾਰੇ ਪਾਸੇ ਖੁੰਜੀਆਂ ਤੋਂ ਇਹ ਦਾਣੇ ਜੇ ਲੱਗ ਜਾਣਗੇ ਕਿੰਨੇ-ਕਿੰਨੇ ਲੱਗਣਗੇ ਬੇਟਾ ਤਿੰਨ ਤਿੰਨ ਤਾ ਟੈਂਟਲ ਗਿਡੀ ਚ ਲੱਗੇ ਹੋਇਆ ਚੌਥੀ ਆਪਸ਼ਨ ਦੇ ਵਿੱਚ ਲੱਗੇ ਹੋ ਐਵੇਂ ਦੇసేਗਾ ਖੋਲ ਕੇ ਅਗਲਾ ਅਗਲੇ ਦੇ ਵਿੱਚ ਵੀ ਐਂ ਕੀਤਾ ਹੋਇਆ ਹੈ ਪਹਿਲਾਂ ਇੱਕ ਮਤਲਬ ਚੱਕਰ ਹੈ ਚੱਕਰ ਦੇ ਐਵੇਂ ਲਾਏ ਹੋਏ ਨੇ ਠੀਕ ਹੈ ਚਾਰ ਭਾਗ ਬਣਾਏ ਹੋਏ ਨੇ ਚਾਰਾਂ ਭਾਗਾਂ ਨੂੰ ਫਿਰ ਕੀ ਕਰਤਾ ਮੋਲਡ ਕੀਤਾ ਦੋ ਭਾਗ ਬਣਾਲੇ ਇਧਰੋਂ ਐਵੇਂ ਕਰਤਾ ਦੋ ਭਾਗ ਬਣਾਲੇ ਫਿਰ ਉੱਪਰੋਂ ਨੀਚੇ ਤੱਕ ਮੋੜਤਾ ਠੀਕ ਹੈ ਇੱਕ ਹੀ ਬਣਾ ਲਿਆ ਇੱਕ ਹੀ ਸਾਰਾ ਰਹਿ ਗਿਆ ਉਹਦੇ ਵਿੱਚ ਇੱਕ ਗੋਲਾ ਕਰਤਾ ਹੁਣ ਕੀ ਕਰਾਂਗੇ ਹੋਲ ਦਾਂਗੇ 4.5 ਗੁਲੇ ਜੀ ਆ ਜਾਣਗੇ ਨਾ ਤਾਂ ਕਿਹੜੀ ਆਪਸ਼ਨ ਬਣੇਗੀ ਤੀਜੀ ਆਪਸ਼ਨ ਇਹਦੇ ਲਈ ਸਹੀ ਉੱਤਰ ਬਣੇਗੀ ਅਗਲਾ ਕੁਐਸਚਨ 172 ਤੋਂ 174 ਵਿੱਚ ਸਮੱਸਿਆ ਚਿੱਤਰ ਆ ਜਿਹੜਾ ਦਿੱਤਾ ਆਪਾਂ ਨੂੰ ਉਹ ਅਧੂਰਾ ਹੈ ਇਸ ਨੂੰ ਪੂਰਾ ਕਰਨ ਲਈ ਉੱਤਰਾਂ ਵਿੱਚੋਂ ਉੱਤਰ ਜਿੱਤਰਾਂ ਵਿੱਚ ਸਹੀ ਵਿਕਲਪ ਦੀ ਚੋਣ ਕਰੋ ਇਹ ਤਾਂ ਤੁਸੀਂ ਕਰ ਹੀ ਸਕਦੇ ਹੋ ਨਾ ਪੂਰਾ ਪੂਰਾ ਕਰਨਾ ਇਹਨੂੰ ਆਪਾਂ ਪਹਿਲਾਂ ਕੀ ਹੋਣਾ ਚਾਹੀਦਾ ਵਰਗ ਪੂਰਾ ਹੋਊਗਾ ਠੀਕ ਹੈ ਮਤਲਬ ਐਵੇਂ ਜੇ ਸ਼ੁਰੂ ਹੋਊਗਾ ਉਹ ਜਿਹੜੀ ਡਾਇਗਰਾਮ ਹੋਊ। ਫਿਰ ਕੀ ਹੋਊਗਾ ਉਹਦੇ ਵਿੱਚ ਇੱਕ ਚੱਕਰ ਹੋਊਗਾ ਇੱਕ ਸਟਾਰ ਜਾਂ ਹੋਊਗਾ ਜਾਂ ਫੁੱਲ ਜਾਂ ਹੋਊਗਾ। ਤਾਂ ਕਿਹੜੀ ਆਪਸ਼ਨ ਹੈ ਵੀ ਉਹਦੇ ਲਈ ਸਹੀ? ਦੇਖੋ ਬੇਟਾ। ਇਹਦੇ ਵਿੱਚ ਵੀ ਨਹੀਂ ਆਉਂਦਾ ਇਹ। ਠੀਕ ਹੈ ਪਹਿਲੀ ਪਹਿਲੀ ਜੀ ਵੀ ਨਹੀਂ ਪੂਰਾ ਹੁੰਦਾ ਪਹਿਲੀ ਲਾ ਕੇ। ਦੂਜੀ ਲਾ ਕੇ ਵੀ ਨਹੀਂ ਪੂਰਾ ਹੁੰਦਾ ਤੀਜੀ ਲਾ ਕੇ ਵੀ ਨਹੀਂ ਪੂਰਾ ਹੁੰਦਾ। ਕਿਹੜੀ ਨਾਲ ਪੂਰਾ ਹੁੰਦਾ? ਚੌਥੀ ਨਾਲ। ਕਿਉਂਕਿ ਇਹਦੇ ਵਿੱਚ ਆਹ ਡੈਸ਼ ਲਾਈਨ ਜੀ ਆਏ ਪੂਰੀ ਕਰੂਗੀ ਉਹਨੂੰ ਵਰਗ ਜਿਹਨੂੰ। ਠੀਕ ਹੈ ਬੇਟਾ। ਆਗਲਾ ਇਹ ਵੀ ਆਪਾਂ ਪੂਰਾ ਕਰਨਾ। ਦੇਖੋ। ਠੀਕ ਹੈ। ਕਿਹੜੀ ਨਾਲ ਪੂਰਾ ਹੋਊਗਾ ਜਿਹੜਾ ਕਾਲਾ ਜਾਂ ਬਾਡ ਲੱਗਿਆ ਹੋਇਆ ਉਹਦੇ ਤੇ ਉਹਦੇ ਤੇ ਹੋਰ ਬਾਡ ਦੇ ਵਿੱਚ ਇੱਕ ਇੱਕ ਥਾਂ ਛੱਡੀ ਹੋਈ ਆ ਮਤਲਬ ਜਿਹੜਾ ਇੱਥੇ ਬਾਡ ਆਊਗਾ ਪਹਿਲਾਂ ਤਾਂ ਉਹਦੇ ਵਿੱਚ ਪਹਿਲਾ ਜਿਹੜਾ ਬਾਡ ਹੋਊਗਾ ਉਹਦੇ ਵਿੱਚ ਸਾਫ਼ ਸਥਾਨ ਹੋਏਗਾ ਤਾਂ ਕਿਹੜਾ ਹੋਏਗਾ ਵੀ ਉਹ ਫਿਰ ਕਿਹੜੀ ਆਪਸ਼ਨ ਚਾਹੋ ਤੀਜੀ ਆਪਸ਼ਨ ਦੇ ਵਿੱਚ ਹੋਏਗਾ ਦੇਖ ਲਓ ਤੁਸੀਂ ਲਾ ਕੇ ਦੇਖ ਸਕਦੇ ਹੋ ਸਿੰਪਲ ਲੱਗੇਗਾ ਠੀਕ ਹੈ ਨਾ ਇਹਦੇ ਵਿੱਚ ਸਾਫ਼ ਅਗਲੀ ਦੇ ਵਿੱਚੋਂ ਥੋੜਾ ਜਿਹਾ ਕਾਲਾ ਚਾਹੀਦਾ ਆਪਾਂ ਨੂੰ ਤਾਂ ਉਹ ਕਿਹੜੀ ਚਾਹ ਫਿਰ ਤੀਜੀ ਚ ਅਗਲਾ ਕੁਐਸਚਨ ਇਹ ਵੀ ਆਪਾਂ ਪੂਰੀ ਕਰਨੀ ਆ ਦੇਖੋ ਕੀ ਚਾਹੀਦਾ ਆਪਾਂ ਬਲਾ ਤਾਂ ਆਪਾਂ ਨੂੰ ਇੱਕ ਆ ਆਹ ਇਹਦੇ ਹਿਸਾਬ ਨਾਲ ਪੂਰਾ ਹੋਊਗਾ ਠੀਕ ਹੈ ਇਹਦੇ ਵਰਗਾ ਹੋਊਗਾ ਇੱਧਰ ਠੀਕ ਹੈ ਕੀ ਹੋਊਗਾ ਵੀ ਪਹਿਲਾਂ ਤਾਂ ਇੱਕ ਗੋਲਾ ਹੋਊਗਾ ਉਹਦੇ ਵਿੱਚ ਬਿੰਦੀ ਜੀ ਹੋਊਗੀ ਉਦੋਂ ਬਾਅਦ ਐਵੇਂ ਹੋਣਾ ਇਹ ਠੀਕ ਹੈ ਉਦੋਂ ਬਾਅਦ ਉਹਦੇ ਮਗਰ ਦੋ ਗੋਲੇ ਜੀ ਹੋਣਗੇ ਐਵੇਂ ਠੀਕ ਹੈ ਦੇਖ ਲਓ ਵੀ ਕਿਹੜੀ ਆਪਸ਼ਨ ਆ ਉਹ ਜਿਹੜਾ ਮੈਂ ਬਣਾਇਆ ਤੁਹਾਡੇ ਕੋਲੇ ਉਵੇਂ ਹੀ ਇਹਨੇ ਬਣਾ ਤੇ ਇੱਕ ਆ ਜਿਹੜਾ ਵਿਚਾਲੇ ਬਣੀ ਜਾਂਦਾ ਡਿਜ਼ਾਈਨ ਜੈਨ ਪੂਰਾ ਕਰਨਾ ਠੀਕ ਹੈ ਤਾਂ ਇਹਨੂੰ ਪੂਰਾ ਕਿਵੇਂ ਹੋਊਗਾ ਐਵੇਂ ਹੋਊਗਾ ਉਹਦੇ ਵਿੱਚ ਠੀਕ ਹੈ ਜabb ਨੀਚੇ ਨੂੰ ਕਹਦੀਏ ਠੀਕ ਹੈ ਜabb ਉੱਪਰ ਨੂੰ ਕਹਦੀਏ ਆ ਉੱਪਰ ਨੂੰ ਹੀ ਹੋਏਗਾ ਐਵੇਂ ਐਵੇਂ ਹੋਏਗਾ ਸੌਰੀ ਤਾਂ ਐਵੇਂ ਨੂੰ ਕਿਹਦੇ ਵਿੱਚ ਆ ਵੀ ਇਹ ਇਹਦੇ ਵਿੱਚ ਹੈ ਦੂਜੀ ਆਪਸ਼ਨ ਦੇ ਵਿੱਚ ਇਹ ਐਵੇਂ ਹੈ ਤਾਂ ਇਹਦੇ ਲਈ ਦੂਜੀ ਆਪਸ਼ਨ ਸਹੀ ਆਏਗੀ ਅਗਲਾ A ਤੁਹਾਨੂੰ ਪਹਿਲਾਂ ਵੀ ਕੀਤਾ ਵੀ ਦਰਪਨ ਦਾ ਮਤਲਬ ਸ਼ੀਸ਼ੇ ਦੇ ਵਿੱਚ ਕਿਵੇਂ ਦੱਸਣਗੇ ਜੇਕਰ ਦਰਪਨ ਨੂੰ ਰੇਖਾ AB ਉੱਪਰ ਰੱਖਿਆ ਜਾਵੇ ਜਿੱਥੇ AB ਬਣਾਇਆ ਹੋਇਆ ਹੈ ਨਾ ਉੱਥੇ ਤੁਸੀਂ ਕੀ ਰੱਖਣਾ ਹੈ ਸ਼ੀਸ਼ਾ ਰੱਖਣਾ ਤਾਂ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਚਿੱਤਰ ਦਿੱਤੇ ਗਏ ਚਿੱਤਰ ਦਾ ਠੀਕ ਪ੍ਰਤੀਬਿੰਬ ਹੋਵੇਗਾ ਇਹ ਤੁਸੀਂ ਆਪ ਵੀ ਪ੍ਰੈਕਟੀਕਲ ਕਰਕੇ ਦੇਖਣੇ ਨੇ ਮਤਲਬ ਸ਼ੀਸ਼ੇ ਨੂੰ ਇਹ ਸ਼ਬਦ ਲਿਖ ਕੇ ਨਾ ਮੇ ਵੇਤੇ ਸ਼ੀਸ਼ਾ ਜਿੱਥੇ AB ਕਹਿੰਦੇ ਨੇ ਉੱਥੇ ਰੱਖਣਾ ਤਾਂ ਤੁਸੀਂ ਦੇਖਣਾ ਜ਼ਰੂਰ ਵੀ ਇਹ ਕਿਹੋ ਜਿਹਾ ਦੇ ਦ ਤੁਹਾਨੂੰ ਐਕਸਪੀਰੀਅੰਸ ਹੋ ਜੂ ਅਸਲ ਦੇ ਵਿੱਚ ਅੱਖਰ ਕਿਹੋ ਜਿਹਾ ਦੇ ਦਿੰਦੇ ਨੇ ਵੈਸੇ ਮੈਂ ਤੁਹਾਨੂੰ ਦੱਸਿਆ ਹੀ ਹੋਇਆ ਵੀ ਜਿਹੜਾ ਸ਼ੀਸ਼ਾ ਉਹਦੇ ਵਿੱਚ ਅੱਖਰ ਕਿਵੇਂ ਦਿੱਤਦੇ ਨੇ ਖੱਬਾ ਪਾਸਾ ਸੱਜਾ ਪਾਸਾ ਦੇਹਿੰਦਾ ਪਹਿਲਾਂ ਤਾਂ ਪਰ ਹਰ ਇੱਕ ਚੀਜ਼ ਦਾ ਸੱਜਾ ਕੱਫਾ ਸੱਜਾ ਪਾਸਾ ਆਪਾਂ ਖੱਬਾ ਕਰ ਦਾਂਗੇ ਸਿੱਧਾ ਕੰਮ ਹੈ ਠੀਕ ਹੈ ਪਹਿਲਾਂ ਮੈਂ ਤੁਹਾਨੂੰ ਦੇਖੋ ਸਿੰਪਲ ਸਮਝਾਉਣਾ ਇੱਕ ਮਿੰਟ ਪਹਿਲਾਂ ਤਾਂ ਇਹਦੇ ਵਿੱਚੋਂ ਕਿਹੜਾ ਅੱਖਰ ਪਹਿਲਾਂ ਆਏਗਾ ਵੀ ਆਈ ਪਹਿਲਾਂ ਆਏਗਾ ਕਿਉਂਕਿ ਉਹ ਦੂਜੇ ਪਾਸੇ ਆ ਉਹ ਹੁਣ ਇਧਰਲੇ ਪਾਸੇ ਦੇਸੀਗਾ ਠੀਕ ਹੈ ਹੁਣ ਜਿਹੋ ਆਪਣੇ ਸੱਜੇ ਪਾਸੇ ਆ ਤਾਂ ਹੁਣ ਉਹ ਖੱਬੇ ਪਾਸੇ ਦੇਸੀਗਾ ਆਪਣੇ ਠੀਕ ਹੈ आई ਬਲਾਏਗਾ ਆਈ ਦਾ ਕੋਈ ਵੀ ਚੇਂਜ ਨਹੀਂ ਹੋਏਗਾ ਕਿਉਂਕਿ ਆਈ ਸਾਰੇ ਪਾਸੇ ਸਮਿਟਰੀ ਚ ਆਈ ਦਾ ਖੱਬਾ ਪਾਸਾ ਸੱਜਾ ਪਾਸਾ ਇੱਕ ਹੋ ਜਾਏਗਾ ਠੀਕ ਹੈ ਉਸ ਤੋਂ ਬਾਅਦ ਕਿਹੜਾ ਹੈਗਾ ਆਈ ਨੂੰ ਤਾਂ ਆਪਾਂ ਐਵੇਂ ਹੀ ਲਿਖਾਂਗੇ ਠੀਕ ਹੈ ਜਿਵੇਂ ਹੈਗੀ ਹੈ ਇਹ ਐਂ ਲਿਖਿਆ ਜਾਊਗਾ ਆਈ ਤਾਂ ਐਵੇਂ ਹੀ ਲਿਖਿਆ ਜਾਣਾ ਠੀਕ ਹੈ ਉਸ ਤੋਂ ਬਾਅਦ ਕਿਹੜਾ ਕੇ ਕੇ ਦਾ ਆਪਾਂ ਸੱਜਾ ਪਾਸਾ ਕੀ ਬਣ ਜਾਏਗਾ ਖੱਬਾ ਪਾਸਾ ਮਤਲਬ ਐ ਬਣ ਜਾਏਗਾ ਉਸ ਤੋਂ ਬਾਅਦ ਐਲ ਐਲ ਦਾ ਵੀ ਸੱਜਾ ਪਾਸਾ ਖੱਬਾ ਪਾਸਾ ਬਣ ਜਾਏਗਾ ਮਤਲਬ ਐ ਬਣ ਜਾਏਗਾ वो तो ए ए भी समीटरीज है ए का खब्बा पासा सज्जा पासा एको जो ए रहेगा तो जे जे का भी सज्जा पासा खब्बास्ा बन जाएगा एवं ठीक है तो किसी ऑप्शन ये सही है बी कि ऑप्शन जिमें मैं बनाई है उमें बनी हुई है देखो कि बनी हुई है बेटा आई के एल ए जे केडी बनी हुई है लास्ट वाली बनी हुई है ना जमे मैं बनाई है तो ए देले लास्ट वाली ऑप्शन है जेडी ओ हो, सही होएगी ਤੁਸੀਂ ਇੱਕ ਵਾਰੀ ਸ਼ੀਸ਼ੇ ਚ ਬਣਾ ਕੇ ਵੇਖ ਲਓਗੇ ਨਾ ਤਾਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਇਹਦਾ ਆਈਡੀਆ ਲੱਗ ਜਾ ਕਰੇਗਾ ਪਹਿਲਾਂ ਤਾਂ ਆਪਾਂ ਨੂੰ ਜਿਹੜਾ ਕੰਪਲੀਟ ਅੱਖਰ ਦਿੱਤਾ ਇਹ ਵਾਲਾ ਇਹਦਾ ਸੱਜਾ ਪਸਾ ਕਬਾ ਪਸਾ ਕਰੋ ਫਿਰ ਕੱਲੇ ਕੱਲੇ ਅੱਖਰ ਦਾ ਕਬਾ ਪਸਾ ਸੱਜਾ ਪਸਾ ਕਰੋ ਹਰੇਕ ਦਾ ਉਲਟਾਉਂਗੇ ਤਾਂ ਤੁਸੀਂ ਸਹੀ ਉੱਤਰ ਕੱਢ ਲਓਗੇ ਠੀਕ ਹੈ ਅਗਲਾ ਇਹਨੂੰ ਵੀ ਆਪਾਂ ਦੱਸਣਾ ਵੀ ਕੀ ਆਏਗਾ ਸ਼ੀਸ਼ਾ AB ਦੀ ਧੰਤ ਲੱਗਿਆ ਇੱਥੇ ਠੀਕ ਹੈ ਇੱਥੇ ਸ਼ੀਸ਼ਾ ਤਾਂ ਕੀ ਹੋਏਗਾ ਵੀ ਜਿਹੜਾ ਕਾਲਾ ਜਆ ਪਾਸਾ ਇਹ ਹੁਣ ਇਧਰਲੇ ਪਾਸੇ ਦਿਸੂਗਾ ਜਿੱਧਰ ਆ ਲੈਣਾ ਹੀ ਨਹੀਂ ਠੀਕ ਹੈ ਮਤਲਬ ਆਹਾ ਵਾਲੀ অপਸ਼ਨ ਆਏਗੀ ਸਿੱਧਾ ਜਿਹੜਾ ਆ ਡਾਇਗਰਾਮ ਜੀ ਹੈ ਇਹ ਪਰਲੇ ਪਾਸੇ ਦਿਸੂਗੀ ਤਾਂ ਤੀਜਾ ਉੱਤਰ ਇਹਦੇ ਲਈ ਸਹੀ ਆਏਗਾ ਫੀਗਾ ਬੇਟਾ ਅੱਗੇ ਅਗਲਾ ਕੁਐਸਚਨ 170 ਤੋਂ 180 ਵਿੱਚ ਪ੍ਰਾਚਨ ਚਿੱਤਰ ਉੱਤਰ ਚਿੱਤਰਾਂ ਵਿੱਚੋਂ ਕਿਸੇ ਇੱਕ ਵਿੱਚ ਛੁਪਿਆ ਹੋਇਆ ਹੈ ਤੁਸੀਂ ਜਿਸ ਵਿੱਚ ਉਹ ਛੁਪਿਆ ਉਸ ਦੀ ਆਪਾਂ ਕੀ ਕਰਨੀ ਹੈ ਚੋਣ ਕਰਨੀ ਹੈ ਡਾਇਗਰਾਮ ਆਪਾਂ ਦਿੰਦੀ ਹੈ ਆਪਾਂ ਨੇ ਉੱਤਰਾਂ ਦੇ ਵਿੱਚ ਦੱਸਣਾ ਵੀ ਉਹ ਡਾਇਗਰਾਮ ਕਿਹਦੇ ਵਿੱਚ ਬਣੀ ਹੋਈ ਹੈ ਕਿਹਦੇ ਵਿੱਚ ਛੁਪੀ ਹੋਈ ਹੈ ਭਾਵੇਂ ਦੇਖੋ ਆਹ ਡਾਇਗਰਾਮ ਦੇਖਣੀ ਆ ਇਹਨਾਂ ਦੇ ਵਿੱਚ ਕਿਤੇ ਵਿੱਚ ਹੋਈ ਹੈ ਇਹਦੇ ਵਿੱਚ ਬਣਦੀ ਆ ਵੀ ਕਿਤੇ ਨਹੀਂ ਬਣਦੀ ਗਏ ਦੇ ਵਿੱਚ ਕਿਤੇ ਦੇਖਦੀ ਆ ਤੁਹਾਨੂੰ ਆ ਲਾਸਟ ਵਾਲੇ ਚੌਥੇ ਚ ਨਹੀਂ ਦੇਖਦੀ ਤੀਜੇ ਚ ਵੀ ਨਹੀਂ ਦੇਖਦੀ ਦੂਜੇ ਚ ਹੈਗੀ ਆ ਕਿੱਥੇ ਆ ਵੀ ਆ ਦੇਖੋ ਇੱਥੋਂ ਐਵੇਂ ਆ ਇੱਥੋਂ ਫਿਰ ਐਵੇਂ ਐਵੇਂ ਵੱਡੀ ਕਰਕੇ ਦਿਖਾ ਰਹੇ ਆ ਉਦੋਂ ਬਾਅਦ ਥੱਲੇ ਜਾ ਕੇ ਵੀ ਇਹ ਮਿਲਦੇ ਨੇ ਬਣਦੀ ਆ ਨਾ ਤਾਂ ਇਹ ਦੂਜੇ ਲਈ ਸਹੀ ਇਹਦੇ ਲਈ ਦੂਜਾ ਸਹੀ ਉੱਤਰ ਆਏਗਾ ਦੇਖ ਸਕਦੇ ਹੋ ਇਹ ਡਾਇਗਰਾਮ ਤੁਹਾਨੂੰ ਵਿੱਚ ਇਹਦੇ ਵਿੱਚ ਦੇਖੇਗੀ ਅਗਲਾ ਆਹ ਦੱਸਣਾ ਆਪਾਂ ਚੌਥੇ ਦੇ ਵਿੱਚੋਂ ਕਿਹਦੇ ਵਿੱਚ ਹੈ ਕਿਹਦੇ ਵਿੱਚ ਆ ਵੀ ਇਹ ਪਹਿਲੀ ਰਗਾਂ ਦੇ ਵਿੱਚ ਆਪਾਂ ਨੂੰ ਦਿਖਦੀ ਹੈ ਠੀਕ ਹੈ ਹੱਤ ਕੋਣ ਜੀ ਕੱਟ ਦੋ ਤਾਂ ਇਹ ਜਮਨ ਡਾਇਗਰਾਮ ਸੇਮ ਇਹਦੇ ਵਰਗੀ ਬਣ ਜੇਗੀ ਠੀਕ ਹੈ ਅਗਲਾ ਇਹ ਦੱਸਣਾ ਕਿਦੇ ਛੁਪਿਆ ਕਿਦੇ ਛੁਪਿਆ ਵੀ ਜਮੇ ਦੀ ਸੀ ਜਾਂਦਾ ਦੂਜੀ ਡਾਇਗਰਾਮ ਦੇ ਵਿੱਚ ਇਹ ਜਮਨ ਸ਼੍ਰੀਆਮ ਦੇ ਸੀ ਜਾਂਦਾ ਆ ਸਾਈਡ ਵਾਲੇ ਕੱਢ ਦੋ ਜਮਨ ਸੇਮ ਇਹਦੇ ਵਰਗੀ ਡਾਇਗਰਾਮ ਬਣ ਜੇਗੀ ਅਗਲਾ ਕੁਐਸਚਨ ਇਹ ਦੱਸਣਾ ਵੀ ਕਿਦੇ ਛੁਪਿਆ ਹੋਇਆ ਹੈ ਕਿਹਦੇ ਛੁਪਿਆ ਇਹ ਵੀ ਦਸੀ ਜਾਂਦਾ ਵੀ ਬੇਟਾ ਕਿਹਦੇ ਛੁਪਿਆ ਹੋਇਆ ਇਹ ਦੂਜੀ ਡਾਇਗਰਾਮ ਛੁਪਿਆ ਹੋਇਆ ਨਾ ਬਣਿਆ ਹੋਇਆ ਆ ਦੇਖੋ ਵਿਚ ਬਣਿਆ ਹੋਇਆ ਵਰਗ ਜ ਆ ਬਣਿਆ ਹੋਇਆ ਵਿਚ ਠੀਕ ਹੈ ਬਣਿਆ ਹੋਇਆ ਨਾ ਤਾਂ ਇਹਦੇ ਲਈ ਦੂਜੀ অপਸ਼ਨ ਸਹੀ ਆਈ ਜੀ ਇਹ ਸੀਗਾ ਆਪਣਾ ਅੱਜ ਦਾ ਰੀਜਨਿੰਗ ਨਾਲ ਸੰਬੰਧਤ ਵੀਡੀਓ ਲੈਕਚਰ ਹੁਣ ਆਪਾਂ ਕਰਦੇ ਹਾਂ ਉਹ ਕੁਐਸਚਨ ਜਿਹੜੇ ਮੈਂ ਤੁਹਾਨੂੰ ਦੱਸੇ ਸੀ ਉਹਨਾਂ ਦੇ ਮੈਂ ਸਹੀ ਆਨਸਰ ਦੱਸੂਗਾ ਸਿਰਫ ਤੁਸੀਂ ਆਪ ਤੋਂ ਮਿਲਾਣ ਕਰ ਲੈਣਾ ਵੀ ਤੁਹਾਡਾ ਆਨਸਰ ਸਹੀ ਹੈ ਜਾਂ ਨਹੀਂ ਇਹ ਦੋ ਕੁਐਸਚਨ ਬੇਟਾ ਤੁਹਾਨੂੰ ਦਿੱਤੇ ਸੀ ਮੈਂ 140ਵਾਂ ਤੇ 141 ਤੱਕ 140 ਦੇ ਲਈ ਸਹੀ ਉੱਤਰ ਜਿਹੜਾ ਉਹ ਚੌਥੀ ਆਪਸ਼ਨ ਬੀ ਆਏਗੀ 141 ਲਈ ਸਹੀ ਉੱਤਰ 17 ਆਏਗਾ ਤੁਸੀਂ ਸੋਲਵ ਕਰ ਲਿਆ ਹੁਣ ਤਾਂ ਇਹ ਸੀ ਆਪਣਾ ਅੱਜ ਦਾ ਵੀਡੀਓ ਲੈਕਚਰ ਮੈਨੂੰ ਉਮੀਦ ਆ ਤੁਹਾਨੂੰ ਇਹ ਪਸੰਦ ਆਇਆ ਹੋਵੇਗਾ ਧੰਨਵਾਦ